ਜਲੰਧਰ ਰੋਡ ਬਟਾਲਾ ਨਜ਼ਦੀਕ ਅੱਚਲ ਸਾਹਿਬ ਦੇ ਕੋਲ ਪਿੰਡ ਨੱਤ ਦੇ ਕੋਲ ਸੜਕ ਦੀ ਬਹੁਤ ਹੀ ਖਸਤਾ ਹਾਲਤ ਆ, ਜਿਸ 'ਚ ਬਹੁਤ ਵੱਡੇ ਵੱਡੇ ਟੋਏ ਨੇ, ਕੋਈ ਦੁਰਘਟਨਾ ਵਾਪਰ ਸਕਦੀ ਹੈ। ਇਸ ਮੌਕੇ ਸ੍ਰੀ ਨਿਰਵੈਲ ਖਾਲਸਾ ਜਥੇਬੰਦੀ ਦੇ ਮੁਖੀ ਸ੍ਰੀਮਾਨ ਬਾਬਾ ਗੁਰਪਾਲ ਸਿੰਘ ਜੀ ਢੀਂਡਸਾ ਵਾਲੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਅਤੇ ਬਟਾਲਾ ਪ੍ਰਸ਼ਾਸਨ ਨੂੰ ਇਸ ਸੜਕ ਵੱਲ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਆ ਰਿਹਾ ਹੈ, ਬਰਾਤ ਰੂਪੀ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਬਟਾਲਾ ਵਿਖੇ ਆਵੇਗਾ ਸੰਗਤਾਂ ਦਾ। ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੜਕ ਦੀ ਜਲਦ ਤੋਂ ਜਲਦ ਮੁਰੰਮਤ ਕੀਤੀ ਜਾਵੇ ਤਾਂ ਕਿ ਕੋਈ ਦੁਰਘਟਨਾ ਨਾ ਵਾਪਰ ਸਕੇ। ਉਹਨਾਂ ਕਿਹਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਬਟਾਲਾ ਵਿਖੇ ਆਉਣਾ ਹੈ। ਉਹਨਾਂ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਆਹ ਪੁਰਬ ਤੋਂ ਪਹਿਲਾਂ ਪਹਿਲਾਂ ਪ੍ਰਸ਼ਾਸਨ ਇਸ ਸੜਕ ਦੀ ਮੁਰੰਮਤ ਕਰਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਬਾਬਾ ਗੁਰਪਾਲ ਸਿੰਘ ਢੀਂਡਸੇ ਵਾਲੇ, ਸ੍ਰੀ ਨਿਰਵੈਰ ਖਾਲਸਾ ਜਥੇਬੰਦੀ, ਗੁਰੂ ਨਾਨਕ ਸਾਹਿਬ ਸੇਵਾ, ਬੇਨਤੀ ਕਰ ਰਹੇ ਹਾਂ ਸਰਕਾਰ ਨੂੰ, ਪ੍ਰਸ਼ਾਸਨ ਨੂੰ। ਇਹ ਜੋ ਆਪ ਤੁਸੀਂ ਦੇਖ ਰਹੇ ਹੋ ਰੋਡ, ਜਲੰਧਰ ਤੋਂ ਬਟਾਲਾ ਰੋਡ, ਬਿਆਸ ਤੋਂ ਬਟਾਲੇ ਨੂੰ ਆਉਂਦੇ ਹਾਂ, ਪੂਰੇ ਇਸ ਰੋਡ ਦੀ ਬੜੀ ਖਸਤਾ ਹਾਲਤ ਹੈ। ਜਗ੍ਹਾ ਜਗ੍ਹਾ ਟੋਏ, ਬਹੁਤ ਡੂੰਘੇ ਟੋਏ ਨੇ, ਖੱਡੇ ਵੀ ਨੇ, ਅਤੇ ਇਹ ਹਾਦਸਿਆਂ ਨੂੰ ਜਿਹੜਾ ਵਾ ਉਹ ਸੱਦਾ ਦੇ ਰਹੇ ਨੇ। ਹੁਣ ਤੁਸੀਂ ਦੇਖ ਰਹੇ ਹੋ ਬਾਰਿਸ਼ ਦਾ ਸਮਾਂ, ਅਤੇ ਜਗ੍ਹਾ ਜਗ੍ਹਾ ਮਹਿਤੇ ਚੌਂਕ ਦੇ ਵਿੱਚ ਵੀ ਬਹੁਤ ਖੱਡੇ ਨੇ, ਪਾਣੀ ਭਰਿਆ ਹੋਇਆ ਇੱਥੇ ਨੱਤ ਅੱਡੇ ਦੇ ਵਿੱਚ ਦੇਖ ਸਕਦੇ ਹੋ ਅੱਗੇ ਵੀ, ਅਤੇ ਪ੍ਰਸ਼ਾਸਨ ਜਿਹੜਾ ਵਾ ਉਹ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ। ਹੁਣ ਥੋੜ੍ਹੇ ਸਮੇਂ ਦੇ ਵਿੱਚ ਹੀ ਸੁਲਤਾਨਪੁਰ ਲੋਧੀ ਤੋਂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਜੋ ਵਿਆਹ ਪੁਰਬ ਆ ਰਿਹਾ, ਉਹਦੇ ਸੰਬੰਧ ਦੇ ਵਿੱਚ ਇੱਕ ਬੜਾ ਵੱਡਾ ਵਿਸ਼ਾਲ ਨਗਰ ਕੀਰਤਨ ਹਰ ਸਾਲ ਗੁਰੂ ਬਾਬਾ ਜੀ ਦੇ ਵਿਆਹ ਪੁਰਬ ਨੂੰ ਬਰਾਤ ਦੇ ਰੂਪ ਦੇ ਵਿੱਚ ਉਹ ਨਗਰ ਕੀਰਤਨ ਬਟਾਲੇ ਨੂੰ ਆਉਂਦੇ ਸਨ। ਸੋ ਉਹ ਵੀ ਥੋੜ੍ਹੇ ਦਿਨਾਂ ਤੱਕ 9 ਤਰੀਕ ਨੂੰ ਉਹ ਨਗਰ ਕੀਰਤਨ ਜਿਹੜਾ ਵਾ ਬਟਾਲੇ ਦੀ ਧਰਤੀ 'ਤੇ ਆ ਰਿਹਾ। ਪਰ ਜਗ੍ਹਾ ਜਗ੍ਹਾ ਰੋਡ ਟੁੱਟੇ ਹੋਏ ਨੇ, ਸੜਕ ਦੇ ਵਿੱਚ ਟੋਏ ਪਏ ਹੋਏ ਨੇ, ਪਾਣੀ ਪਿਆ ਹੋਇਆ, ਅਤੇ ਪ੍ਰਸ਼ਾਸਨ ਨੂੰ ਇਹ ਅਪੀਲ ਆ ਕਿ ਇਸ ਰੋਡ ਦੀ ਜਿਹੜੀ ਹਾਲਤ ਆ ਉਹ ਜਲਦੀ ਸੁਧਾਰੀ ਜਾਵੇ। ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਪੁਰਬ ਨੂੰ ਵੀ ਮੁੱਖ ਰੱਖ ਕੇ ਬਹੁਤ ਦੂਰੋਂ ਦੂਰੋਂ ਸਿੱਖ ਸੰਗਤਾਂ ਨਮਸਤਕ ਹੋਣ ਆ ਰਹੀਆਂ ਨੇ ਉਹਨਾਂ ਦੇ ਸੁਵਿਧਾ ਨੂੰ ਲੈ ਕੇ, ਕਿਉਂਕਿ ਇਹ ਜਿਹੜੇ ਖੱਡੇ ਨੇ ਇਹ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਵਾ। ਰਾਤ ਰਾਤ ਵੀ ਗੱਡੀਆਂ ਆਉਂਦੀਆਂ, ਪਿੱਛੋਂ ਤੇਜ਼ ਆਉਂਦੀਆਂ ਨੇ, ਇੱਕਦਮ ਅੱਗੇ ਖੱਡਾ ਆ ਜਾਂਦਾ, ਖੱਡੇ ਵੀ ਬਹੁਤ ਡੂੰਘੇ ਨੇ, ਪਾਣੀ ਭਰੇ ਹੋਏ। ਇਸ ਕਰਕੇ ਸਰਕਾਰ ਨੂੰ ਵੀ ਅਪੀਲ ਹੈ, ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਹ ਜਿਹੜਾ ਬਟਾਲਾ ਤੋਂ ਜਲੰਧਰ ਰੋਡ ਜਿਹੜਾ ਬਿਆਸ ਤੱਕ ਤਾਂ ਬਹੁਤ ਹਾਲਤ ਮਾੜੀ ਹੈ, ਇਹਦੀ ਸੁਧਾਰ ਜਿਹੜਾ ਵਾ ਇਹਦਾ ਜਲਦੀ ਕੀਤਾ ਜਾਵੇ। ਔਰ ਸੁਲਤਾਨਪੁਰ ਲੋਧੀ ਤੋਂ ਜਿਹੜਾ ਨਗਰ ਕੀਰਤਨ ਆ ਰਿਹਾ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ, ਸਿੱਖ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਕਾਫਲੇ ਦੇ ਵਿੱਚ ਉਹਨਾਂ ਨੇ ਆਉਣਾ ਵਾ। ਔਰ ਸਰਕਾਰ ਨੂੰ ਚਾਹੀਦਾ, ਪ੍ਰਸ਼ਾਸਨ ਬਟਾਲਾ ਦੇ SDM ਨੂੰ ਵੀ ਚਾਹੀਦਾ ਵਾ, DC ਸਾਹਿਬ ਨੂੰ, ਜ਼ਿਲ੍ਹਾ ਗੁਰਦਾਸਪੁਰ ਜੀ ਨੂੰ, ਕਿ ਜੋੜ ਮੇਲੇ ਨੂੰ ਮੁੱਖ ਰੱਖਦੇ ਹੋਏ ਜਿੱਥੇ ਬਟਾਲਾ ਦੇ ਵਿੱਚ ਤੁਸੀਂ ਜਗ੍ਹਾ ਜਗ੍ਹਾ ਪ੍ਰਬੰਧ ਕੀਤੇ ਹੋਏ ਨੇ, ਉੱਥੇ ਨਾਲ ਇਸ ਰੋਡ ਦੀ ਵੀ ਸਾਰ ਲਓ ਤਾਂ ਜੋ ਇੱਥੋਂ ਦੀ ਸਿੱਖ ਸੰਗਤਾਂ ਦਾ ਜਿਹੜਾ ਉਹ ਕਾਫਲਾ ਲੰਘਣਾ ਵਾ, ਇਹ ਰੋਡ ਜਿਹੜਾ ਵਾ ਜਲਦੀ ਬਣ ਕੇ ਤਿਆਰ ਹੋ ਜਾਵੇ ਜਾਂ ਉਨੇ ਚਿਰ ਲਈ ਰਿਪੇਅਰ ਹੋ ਜਾਵੇ, ਕਿਉਂਕਿ ਕੋਈ ਵੱਡਾ ਹਾਦਸਾ ਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ, ਬੇਨਤੀ ਹੈ ਜੀ ਇਸ ਰੋਡ ਨੂੰ ਜਲਦੀ ਤੋਂ ਜਲਦੀ ਰਿਪੇਅਰ ਕੀਤਾ ਜਾਵੇ, ਮੁੱਖ ਰੱਖ ਕੇ ਬਾਬਾ ਜੀ ਦੇ ਵਿਆਹ ਨੂੰ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ।